ਔਰਤਾਂ ਨੇ ਰਾਜ ਕੀਤਾ ਸਾਡੇ ਪੰਜਾਬ ਤੇ ਉਹ ਅੱਜ ਮਗਰਮੱਛ ਦੇ ਅੰਜੂ ਨੇ ਜਿਹੜੇ ਉਹ ਬਹਾ ਰਹੇ ਨੇ ਕਿਉਂਕਿ ਜੇ ਉਹਨਾਂ ਨੇ ਸਮੇਂ ਰਹਿੰਦੇ ਲੋਕਾਂ ਦਾ ਸੁਣਿਆ ਹੁੰਦਾ ਲੋਕਾਂ ਦੀ ਸੁਣਵਾਈ ਕਰੀ ਹੁੰਦੀ ਤਾਂ ਸ਼ਾਇਦ ਜਿਹੜਾ ਇੰਨਾ ਤਸੱਦਦ ਜਿਹੜਾ ਚੱਲਣਾ ਪਿਆ ਉਹ ਨਹੀਂ ਚੱਲਣਾ ਇਹ ਜਿਹੜੇ ਪਿੰਡ ਨੇ ਆਏ ਸਾਲ ਇੱਥੇ ਜਿਹੜਾ ਹੈਗਾ ਪ੍ਰੋਬਲਮ ਆਉਂਦੀ ਹੈ ਐਤਕੀ ਦੀ ਮਾਨ ਸਾਹਿਬ ਦੀ ਸਰਕਾਰ ਜਦੋਂ ਦੀ ਆਈ ਆ ਤਾਂ ਇਹਨਾਂ ਪਿੰਡਾਂ ਦੀ ਵੀ ਪਾਣੀ ਜਿਹੜਾ ਆਏ ਸਾਲ ਆਉਂਦਾ ਉਹਨੂੰ ਕੱਢਣ ਵਾਸਤੇ 40 ਲੱਖ ਤੋਂ ਲੈ ਕੇ 50 ਲੱਖ ਤੱਕ ਦਾ ਜਿਹੜਾ ਖਰਚਾ ਉਹ ਉਧਰਲੇ ਪਾਸੇ ਕੀਤਾ ਵੀ ਪਾਣੀ ਨਾ ਆਵੇ ਪਰ ਪਾਣੀ ਐਤਕੀ ਬੇਤਹਾਸ਼ਾ ਜਿਹੜਾ ਹਿਮਾਚਲ ਤੋਂ ਆਇਆ ਔਰ ਉਸ ਤੋਂ ਇਲਾਵਾ ਜਿਹੜੀ ਰਾਜਨੀਤੀ ਕੀਤੀ ਆ ਕੱਲ ਬੀਬੀ ਜੈਇੰਦਰ ਕੌਰ ਨੇ ਉਰੇ ਆ ਕੇ ਜਿਹੜੇ ਉਹ ਕਹਿੰਦੀ ਸਾਨੂੰ ਵੋਟ ਨਹੀਂ ਦੇ ਰਹੇ ਉਹ ਵੋਟ ਇਸ ਕਰਕੇ ਨਹੀਂ ਉਹਨਾਂ ਨੂੰ ਮਿਲੀ ਕਿਉਂਕਿ ਜਿਹੜੇ ਵੋਟ ਲੈ ਕੇ ਆਏ ਸੀਗੇ ਉਹਨਾਂ ਨੂੰ ਪਤਾ ਸੀ ਕਿ ਇਹ ਵੋਟ ਗੁਬਾਰੇ ਵਾਲੀ ਆ ਜੇ ਕਿਸੇ ਤਾਰਾਂ ਦੇ ਵਿੱਚ ਫਸ ਗਈ ਤਾਂ ਇਹ ਜਿਹੜੀ ਪੈਂਚਰ ਹੋ ਜਾਣੀ ਕਿਉਂਕਿ ਬੀਬਾ ਜੀ ਪਹਿਲੀ ਵਾਰੀ ਆਏ ਸੀ ਉਹਨਾਂ ਨੂੰ ਇਸ ਰਸਤੇ ਦੇ ਉੱਤੇ ਤਾਰਾਂ ਲੱਗੀਆਂ ਪਈਆਂ ਨੇ ਆਹ ਦੇਖੋ ਮੈਂ ਤੁਹਾਨੂੰ ਦਿਖਾਣਾ ਆਹ ਕੰਡੇ ਵਾਲੀ ਤਾਰ ਆ ਇੱਥੋਂ ਉਹ ਕਦੇ ਵੀ ਵੋਟ ਚੱਲ ਨਹੀਂ ਸਕਦੀ ਸੀ ਸੋ ਇਸ ਕਰਕੇ ਜਿੱਥੇ ਉਹ ਵੋਟ ਚੱਲ ਸਕਦੀ ਸੀ ਉਹ ਵੋਟ ਉੱਥੇ ਅਸੀਂ ਭੇਜਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸਿਰਫ ਰਾਜਨੀਤੀ ਕਰਨਾ ਚਾਹੁੰਦੇ ਤੇ ਅੱਜ ਨਹੀਂ ਆਏ ਮੁੜ ਕੇ ਅੱਜ ਆ ਕੇ ਵੀ ਇਹਨਾਂ ਲੋਕਾਂ ਦੀ ਸਾਰ ਲੈ ਲੈਂਦੇ ਨਹੀਂ ਉਹਨਾਂ ਦਾ ਮਕਸਦ ਦੇਖੋ ਜੀ ਵੀ ਅਸੀਂ ਸਿਰਫ ਰਾਜਨੀਤੀ ਚਮਕਾਉਣੀ ਆ ਅੱਜ ਰਾਜਨੀਤੀ ਕਰਨ ਦਾ ਸਮਾਂ ਨਹੀਂ ਅੱਜ ਆਮ ਲੋਕਾਂ ਦਾ ਹੱਥ ਫੜਨ ਦਾ ਸਮਾਂ ਉਹ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਔਰ ਉਹਨਾਂ ਦੀ ਟੀਮ ਆ ਸਾਰੀ ਉਹ ਦਿਨ ਰਾਤ ਇੱਕ ਕਰਕੇ ਲੱਗੀ 70 ਸਾਲ ਜਿਨ੍ਹਾਂ ਲੋਕਾਂ ਨੇ ਰਾਜ ਕੀਤਾ ਸਾਡੇ ਪੰਜਾਬ ਤੇ ਉਹ ਅੱਜ ਮਗਰਮੱਛ ਦੇ ਅੰਜੂ ਨੇ ਜਿਹੜੇ ਉਹ ਬਹਾ ਰਹੇ ਨੇ ਕਿਉਂਕਿ ਜੇ ਉਹਨਾਂ ਨੇ ਸਮੇਂ ਰਹਿੰਦੇ ਲੋਕਾਂ ਦਾ ਸੁਣਿਆ ਹੁੰਦਾ ਲੋਕਾਂ ਦੀ ਸੁਣਵਾਈ ਕਰੀ ਹੁੰਦੀ ਤਾਂ ਸ਼ਾਇਦ ਜਿਹੜਾ ਇੰਨਾ ਤਸੱਦਦ ਜਿਹੜਾ ਚੱਲਣਾ ਪਿਆ ਉਹ ਨਹੀਂ ਚੱਲਣਾ ਇਹ ਜਿਹੜੇ ਪਿੰਡ ਨੇ ਆਏ ਸਾਲ ਇੱਥੇ ਜਿਹੜਾ ਹੈਗਾ ਪ੍ਰੋਬਲਮ ਆਉਂਦੀ ਹੈ ਐਤਕੀ ਦੀ ਮਾਨ ਸਾਹਿਬ ਦੀ ਸਰਕਾਰ ਜਦੋਂ ਦੀ ਆਈ ਆ ਤਾਂ ਇਹਨਾਂ ਪਿੰਡਾਂ ਦੀ ਵੀ ਪਾਣੀ ਜਿਹੜਾ ਆਏ ਸਾਲ ਆਉਂਦਾ ਉਹਨੂੰ ਕੱਢਣ ਵਾਸਤੇ 40 ਲੱਖ ਤੋਂ ਲੈ ਕੇ 50 ਲੱਖ ਤੱਕ ਦਾ ਜਿਹੜਾ ਖਰਚਾ ਉਹ ਉਧਰਲੇ ਪਾਸੇ ਕੀਤਾ ਵੀ ਪਾਣੀ ਨਾ ਆਵੇ ਪਰ ਪਾਣੀ ਐਤਕੀ ਬੇਤਹਾਸ਼ਾ ਜਿਹੜਾ ਹਿਮਾਚਲ ਤੋਂ ਆਇਆ ਔਰ ਉਸ ਤੋਂ ਇਲਾਵਾ ਜਿਹੜੀ ਰਾਜਨੀਤੀ ਕੀਤੀ ਆ ਕੱਲ ਬੀਬੀ ਜੈਇੰਦਰ ਕੌਰ ਨੇ ਉਰੇ ਆ ਕੇ ਜਿਹੜੇ ਉਹ ਕਹਿੰਦੀ ਸਾਨੂੰ ਵੋਟ ਨਹੀਂ ਦੇ ਰਹੇ ਉਹ ਵੋਟ ਇਸ ਕਰਕੇ ਨਹੀਂ ਉਹਨਾਂ ਨੂੰ ਮਿਲੀ ਕਿਉਂਕਿ ਜਿਹੜੇ ਵੋਟ ਲੈ ਕੇ ਆਏ ਸੀਗੇ ਉਹਨਾਂ ਨੂੰ ਪਤਾ ਸੀ ਕਿ ਇਹ ਵੋਟ ਗੁਬਾਰੇ ਵਾਲੀ ਆ ਜੇ ਕਿਸੇ ਤਾਰਾਂ ਦੇ ਵਿੱਚ ਫਸ ਗਈ ਤਾਂ ਇਹ ਜਿਹੜੀ ਪੈਂਚਰ ਹੋ ਜਾਣੀ ਕਿਉਂਕਿ ਬੀਬਾ ਜੀ ਪਹਿਲੀ ਵਾਰੀ ਆਏ ਸੀ ਉਹਨਾਂ ਨੂੰ ਇਸ ਰਸਤੇ ਦੇ ਉੱਤੇ ਤਾਰਾਂ ਲੱਗੀਆਂ ਪਈਆਂ ਨੇ ਆਹ ਦੇਖੋ ਮੈਂ ਤੁਹਾਨੂੰ ਦਿਖਾਣਾ ਆਹ ਕੰਡੇ ਵਾਲੀ ਤਾਰ ਆ ਇੱਥੋਂ ਉਹ ਕਦੇ ਵੀ ਵੋਟ ਚੱਲ ਨਹੀਂ ਸਕਦੀ ਸੀ ਸੋ ਇਸ ਕਰਕੇ ਜਿੱਥੇ ਉਹ ਵੋਟ ਚੱਲ ਸਕਦੀ ਸੀ ਉਹ ਵੋਟ ਉੱਥੇ ਅਸੀਂ ਭੇਜਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸਿਰਫ ਰਾਜਨੀਤੀ ਕਰਨਾ ਚਾਹੁੰਦੇ ਤੇ ਅੱਜ ਨਹੀਂ ਆਏ ਮੁੜ ਕੇ ਅੱਜ ਆ ਕੇ ਵੀ ਇਹਨਾਂ ਲੋਕਾਂ ਦੀ ਸਾਰ ਲੈ ਲੈਂਦੇ ਨਹੀਂ ਉਹਨਾਂ ਦਾ ਮਕਸਦ ਦੇਖੋ ਜੀ ਵੀ ਅਸੀਂ ਸਿਰਫ ਰਾਜਨੀਤੀ ਚਮਕਾਉਣੀ ਆ ਅੱਜ ਰਾਜਨੀਤੀ ਕਰਨ ਦਾ ਸਮਾਂ ਨਹੀਂ ਅੱਜ ਆਮ ਲੋਕਾਂ ਦਾ ਹੱਥ ਫੜਨ ਦਾ ਸਮਾਂ ਉਹ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਔਰ ਉਹਨਾਂ ਦੀ ਟੀਮ ਆ ਸਾਰੀ ਉਹ ਦਿਨ ਰਾਤ ਇੱਕ ਕਰਕੇ ਲੱਗੀ 70 ਸਾਲ ਜਿਨ੍ਹਾਂ ਲੋਕਾਂ ਨੇ ਰਾਜ ਕੀਤਾ ਸਾਡੇ ਪੰਜਾਬ ਤੇ ਉਹ ਅੱਜ ਮਗਰਮੱਛ ਦੇ ਅੰਜੂ ਨੇ ਜਿਹੜੇ ਉਹ ਬਹਾ ਰਹੇ ਨੇ